ਹਾਂਜੀ ਫਿਰ ਵੈਲਕਮ ਬੈਕ ਆ ਸਾਰਿਆਂ ਦਾ ਤੇ ਮੈਨੂੰ ਇੰਟਰੋ ਮੈਨੂੰ ਕੁਇਕ ਰੱਖਣੀ ਪੈਣੀ ਆ ਕਿਉਂਕਿ ਅਸੀਂ ਚੱਲੇ ਹਾਂ ਕੈਸਕੇਡ ਫਾਲਸ ਸਰੀ ਤੋਂ ਫੈਮਿਲੀ ਦੇ ਨਾਲ ਚੱਲਿਆ ਮੈਂ ਆਪਣੇ ਮਾਮਾ ਜੀ ਹੋਰਾਂ ਨਾਲ ਅਤੇ ਮੈਂ ਆਲਰੇਡੀ ਲੇਟ ਹੋ ਚੁੱਕਾ ਕਿਉਂਕਿ ਮੈਂ ਪਹਿਲਾਂ ਉਹਨਾਂ ਦੇ ਘਰ ਵੀ ਜਾਣਾ ਅਤੇ ਇਸ ਲਈ ਆ ਇੰਟਰੋ ਨੂੰ ਮੈਂ ਥੋੜ੍ਹਾ ਜਿਹਾ ਕੁਇਕ ਰੱਖਾਂਗਾ ਅਤੇ ਆਪਾਂ ਹੁਣ ਮਿਲਦੇ ਹਾਂ ਰਸਤੇ 'ਚ ਸੋ ਆਪਾਂ ਪਹੁੰਚ ਗਏ ਹੋਏ ਹਾਂ ਮਾਮਾ ਜੀ ਦੇ ਘਰ ਹੁਣ ਟਾਈਮ ਹੈ ਅੰਦਰ ਜਾ ਕੇ ਸਾਰਿਆਂ ਨੂੰ ਬੁਲਾਉਣ ਦਾ ਤਾਂ ਕਿ ਆਪਾਂ ਚੱਲੀਏ ਔਨ ਦਾ ਵੇ ਕੈਸਕੇਡ ਫਾਲਸ ਅਤੇ 15% ਬੈਟਰੀ 'ਤੇ ਆਪਾਂ ਪਹੁੰਚਣਾ ਗੱਲ ਇਹ ਹੈ ਕਿ ਇੱਕ ਗੁੱਡ ਸ਼ਾਟ ਲੈਣ ਵਾਸਤੇ ਮੈਂ ਆਹ ਸੀ ਭਰਾ ਉਤਰਨ ਦੀ ਕੋਸ਼ਿਸ਼ ਕਰ ਰਿਹਾ ਜੋ ਕਿ ਇੱਦਾਂ ਦਾ ਬਟ ਉਹਦਾ ਸੋਹਣਾ ਸਵਾਦ ਬਹੁਤ ਆਉਣਾ ਅਤੇ ਬਾਕੀ ਸਾਰੇ ਪਿੱਛੇ ਰਹਿ ਚੁੱਕੇ ਨੇ ਬਟ ਮੈਂ ਜਾਊਂਗਾ ਕਿਉਂਕਿ ਜਾਣਾ ਪੈਣਾ ਅਗਲਾ ਪਲੈਨ ਹੈ ਇੱਧਰ ਵੀ ਥੱਲੇ ਜਾਣ ਦਾ ਡਰੋਨ ਦੀ ਬੈਟਰੀ ਖਤਮ ਹੈ ਪਰ ਆਪਾਂ ਹਲੇ ਵੀ ਥੱਲੇ ਜਾਣ ਦਾ ਪੂਰਾ ਸੋਚਿਆ ਹੋਇਆ ਅਤੇ ਆਪਾਂ ਹਟਣਾ ਨਹੀਂ ਜਾਣਾ ਇੱਧਰ ਹੈ ਪਹੁੰਚ ਇੱਥੇ ਆ ਫਾਲਸ 'ਤੇ ਫਨ ਕਰਨ ਤੋਂ ਬਾਅਦ ਹੁਣ ਵਾਪਸ ਜਾਇਆ ਜਾ ਰਿਹਾ ਪ੍ਰੋਬੇਬਲੀ ਕੁਛ ਖਾਵਾਂਗੇ ਸ਼ੋਰ ਨਹੀਂ ਪਰ ਹੋ ਸਕਦਾ ਕੁਛ ਖਾਈਏ ਬਹੁਤ ਹੀ ਇੰਜੋਏਬਲ ਸੀਗਾ ਅੱਜ ਦਾ ਕੰਮ ਹਾਂ ਬਈ ਯੁਵਰਾਜ ਸਿੰਘ ਕਿਵੇਂ ਆ ਹੈ ਗਾਇਸ ਵੇਅਰ ਆਰ ਯੂ ਗੋਇੰਗ ਹੈ ਹੈ ਗਾਇਸ ਵੇਅਰ ਆਰ ਯੂ ਗੋਇੰਗ ਸਮਝ ਨਹੀਂ ਆ ਰਿਹਾ ਬੱਚੇ ਦੇ ਸਾਹਮਣੇ ਕੀ ਬੋਲਾਂ ਮੈਂ ਭੁਲੇਖੇ ਨਾਲ ਪਾਣੀ 'ਚ ਪੈਰ ਰੱਖਤਾ ਸੋ ਹੁਣ ਮੈਂ ਨੰਗੇ ਪੈ ਰਹੀ ਹਾਂ ਅਤੇ ਕੈਸਕੇਡ ਫਾਲਸ ਜ਼ਰੂਰ ਆਉਣਾ ਚਾਹੀਦਾ ਸਾਰਿਆਂ ਨੂੰ ਇਟ ਇਜ਼ ਅ ਰੀਲੀ ਬਿਊਟੀਫੁਲ ਪਲੇਸ ਤੁਸੀਂ ਆਪਣੀ ਫੈਮਿਲੀ ਨਾਲ ਵੀ ਆ ਸਕਦੇ ਹੋ ਤੁਸੀਂ ਇਕੱਲੇ ਵੀ ਆ ਸਕਦੇ ਹੋ ਤੁਸੀਂ ਆਪਦੀ ਸਹੇਲੀ ਨਾਲ ਵੀ ਆ ਸਕਦੇ ਹੋ ਆਪਦੇ ਸਹੇਲੇ ਨਾਲ ਵੀ ਆ ਸਕਦੇ ਹੋ ਯਾਰਾਂ ਮਿੱਤਰਾਂ ਨਾਲ ਤਾਂ ਜ਼ਰੂਰ ਆ ਸਕਦੇ ਹੋ ਬਹੁਤ ਫਨ ਜਗ੍ਹਾ ਆ ਅਤੇ ਫੈਮਿਲੀ ਫਰੈਂਡਲੀ ਵੀ ਆ ਜ਼ਿਆਦਾ ਔਖਾ ਨਹੀਂ ਆ ਫਾਲਸ ਤੁਸੀਂ ਦੇਖ ਲਏ ਬਹੁਤ ਸੋਹਣੇ ਨੇ ਰਸਤਾ ਜ਼ਿਆਦਾ ਨਹੀਂ ਹੈਗਾ
ਥੋੜਾ ਕਿ ਜਿਹਾ ਸਟੀਪ ਹੈ ਜਿਹੜਾ ਟ੍ਰੇਲ ਹੈ ਫਾਲਸ ਤੱਕ ਪਹੁੰਚਣ ਦਾ, ਬਟ ਯੂਜੂਲੀ ਸਾਰੇ ਕਰ ਲੈਂਦੇ ਨੇ। ਅਤੇ ਜੇ ਤੁਸੀਂ ਸਰੀ ਤੋਂ ਆ ਰਹੇ ਹੋ ਤਾਂ ਤੁਹਾਨੂੰ ਅਰਾਊਂਡ 1 ਘੰਟਾ ਲੱਗੇਗਾ, ਜੇ ਤੁਸੀਂ ਐਬਟਸਫੋਰਡ ਤੋਂ ਆ ਰਹੇ ਹੋ ਤਾਂ ਤੁਹਾਨੂੰ ਆਈ ਡੋਨਟ ਨੋ ਮੇ ਬੀ 20 ਮਿੰਟ ਲੱਗਣਗੇ। ਅਤੇ ਸਾਰਿਆਂ ਨੂੰ ਆਉਣਾ ਚਾਹੀਦਾ। ਇਦੋਂ ਬਾਅਦ ਅਗਲੀ ਵੀਡੀਓ ਮੈਂ ਬੂਟ ਰੱਖਦੀ ਹੈ ਯਾਰ ਜਰਾ, ਅਗਲੀ ਵੀਡੀਓ ਮੈਂ ਇਹ ਸੋਚ ਰਿਹਾ ਕਿ ਇਹਦੇ 'ਤੇ ਬਣਾਈ ਜਾਵੇ, ਕਿ ਬਹੁਤ ਲੋਕ ਮੈਨੂੰ ਪੁੱਛ ਰਹੇ ਨੇ, ਮੇਰੇ ਰਿਸ਼ਤੇਦਾਰ ਦੋਸਤ, ਕਿ ਕਬੈਕ ਦਾ ਕੀ ਹਿਸਾਬ ਹੈ ਇਮੀਗ੍ਰੇਸ਼ਨ ਦਾ, ਸਟੱਡੀ ਦਾ, ਪੜ੍ਹਾਈ ਦਾ। ਅਤੇ ਥੋੜ੍ਹੀ ਜਿਹੀ ਇਨਫੋਰਮੇਸ਼ਨ ਗੈਦਰ ਕਰਕੇ ਅੱਜ ਇਹਦੇ ਉੱਤੇ ਮੈਂ ਅਗਲੀ ਵੀਡੀਓ ਇਹਦੇ 'ਤੇ ਪਾਊਂਗਾ ਕਿ ਕਰੰਟਲੀ ਕੀ ਉੱਥੇ ਚੱਲ ਰਿਹਾ ਹੈ, ਕਿਵੇਂ ਆਉਣਾ ਚਾਹੀਦਾ ਹੈ ਜਾਂ ਨਹੀਂ ਆਉਣਾ ਚਾਹੀਦਾ ਸਟੂਡੈਂਟਸ ਨੂੰ। ਅਤੇ ਇਹਦੇ ਇਲਾਵਾ ਹੁਣ ਅਸੀਂ ਇੱਥੋਂ ਚੱਲੇ ਹਾਂ, ਦੇਖਦੇ ਹਾਂ, ਪ੍ਰੋਬੇਬਲੀ ਕਿਤੇ ਡਿਨਰ ਕਰਨ ਜਾਵਾਂਗੇ। ਗੱਡੀ ਦੀ ਚਾਰਜਿੰਗ ਅਰਾਊਂਡ 15% ਆ, ਤਾਂ ਥੋੜ੍ਹੀ ਜਿਹੀ ਗੱਡੀ ਵੀ ਚਾਰਜ ਕਰਨੀ ਪੈਣੀ ਹੈ ਪਹਿਲਾਂ, ਅਤੇ ਫਿਰ ਕੰਟੀਨਿਊ ਰੱਖਦੇ ਹਾਂ।